ਤੇ ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਜੀ ਕਿਸ ਤਰੀਕੇ ਦੇ ਹਾਲਾਤ ਇੰਟਰਨੈਸ਼ਨਲ ਪੱਧਰ ਤੇ ਬਣੇ ਹੋਏ ਹਨ ਨਸ਼ਿਆਂ ਦੇ ਗੱਲ ਕਰੀਏ ਜੇਕਰ UK ਦੀ ਗੱਲ ਕਰੀਏ ਜੇਕਰ ਯੂਰਪ ਦੀ ਤਾਂ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਇਸੇ ਕਰਕੇ 2016 ਤੋਂ ਲੈ ਕੇ 2018 ਤੱਕ ਯਾਨੀ ਕਿ ਕਰੰਟ ਜੇਕਰ ਅਸੀਂ ਗੱਲ ਕਰੀਏ ਤਾਂ 75 ਮੌਤਾਂ ਹੋਈਆਂ ਹਨ ਜਿਹਦੇ ਵਿੱਚ 63 ਜਿਹੜੇ ਆਪਣੇ ਪੰਜਾਬੀ ਨੌਜਵਾਨ ਹੈਗੇ ਔਰ ਅਗਰ ਜੇ ਅਸੀਂ ਇਹਦੀ ਇੱਕ ਸਾਲ ਦੀ ਗੱਲ ਕਰ ਲਈਏ ਤਾਂ ਇੱਕ ਸਾਲ ਦੇ ਵਿੱਚ ਲਗਭਗ 30 ਤੋਂ 35 ਦੇ ਕਰੀਬ ਜਿਹੜੀ ਹੈਗੀ ਹੈ ਉਹ ਮੌਤਾਂ ਹੋਈਆਂ ਹਨ ਪਿਛਲੇ 3 ਸਾਲ ਦੇ ਵਿੱਚ ਅਤੇ ਅਸੀਂ ਅੱਜ ਵਿਚਾਰ ਵਟਾਂਦਰਾ ਇਸੀ ਮੁਤਲਕ ਕਰ ਰਹੇ ਹਾਂ ਅਤੇ ਮੈਂ ਫੋਨ ਕਾਲਸ ਦੀ ਲਾਈਨ ਜਿਹੜੀ ਹੈ ਹੁਣ ਇਸ ਟਾਈਮ ਅਸੀਂ ਖੋਲ੍ਹ ਦਿੱਤੀ ਹੈ ਤੁਹਾਡੇ ਲਈ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਔਰ ਇਸ ਮੁਤਲਕ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਮੈਂ ਦਰਸ਼ਕਾਂ ਨੂੰ ਇੱਕ ਦਰਖਵਾਸਤ ਹੋਰ ਕਰਨਾ ਚਾਹੁੰਦਾ ਜਦ ਅਸੀਂ ਕੱਲ੍ਹ ਨੌਰਥ ਅਮੈਰੀਕਾ ਦਾ ਮੁੱਦਾ ਕਰ ਰਹੇ ਸੀਗੇ ਅਤੇ ਅਸੀਂ ਇੱਕ ਸਵਾਲ ਦਰਸ਼ਕਾਂ ਤੋਂ ਹੋਰ ਵੀ ਪੁੱਛ ਰਹੇ ਸੀਗੇ ਕਿ ਗੁਰਦੁਆਰੇ ਦੀ ਜਿਹੜੀ ਮੈਨੇਜਮੈਂਟ ਹੁੰਦੀ ਹੈ ਗੁਰਦੁਆਰੇ ਦੀ ਮੈਨੇਜਮੈਂਟ ਤੋਂ ਇਲਾਵਾ ਜਿਹੜੇ ਹੋਰ ਕਮਿਊਨਿਟੀ ਸੈਂਟਰ ਹੁੰਦੇ ਹਨ ਅਸੀਂ ਕਿਸ ਤਰੀਕੇ ਨਾਲ ਆਪਣੇ ਨਵੀਂ ਪਨੀਰੀ ਨੂੰ ਯਾਨੀ ਕਿ ਯੂਥ ਨੂੰ ਇਸ ਨਾਲ ਜੋੜ ਸਕਦੇ ਹਾਂ ਅੱਜ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਅਸੀਂ ਜਿਹੜਾ ਨੌਰਥ ਅਮੈਰੀਕਾ ਦੇ ਵਿੱਚ ਵੇਖਿਆ ਚਾਹੇ ਉਹ ਯਹੂਦੀ ਹੋਣ ਚਾਹੇ ਹੋਰ ਜਿਹੜੀ ਕਮਿਊਨਿਟੀਜ਼ ਨੇ ਚਾਹੇ ਉਹ ਕੈਥਲਿਕ ਹੋਣ ਅੱਜ ਅਸੀਂ ਚਰਚ ਉਹਨਾਂ ਦੇ ਵੇਖ ਲਈਏ ਉਹਨਾਂ ਦੇ ਜਿਹੜੀ ਵਰਸ਼ਿਪ ਪਲੇਸ ਹੈਗੀ ਅਗਰ ਉਹ ਵੇਖ ਲਈਏ ਤਾਂ ਉੱਥੇ ਸਭ ਤੋਂ ਜ਼ਿਆਦਾ ਸਟਰੈਂਥ ਤੁਹਾਨੂੰ ਯੂਥ ਦੀ ਮਿਲੇਗੀ ਯਾਨੀ ਕਿ 60-70% ਜਿਹੜਾ ਬੱਚਾ ਹੈਗਾ ਉਹ ਮੈਨੇਜਮੈਂਟ ਦੇ ਵਿੱਚ ਹੈਗਾ ਯਾਨੀ ਕਿ ਜਿਹੜੀ ਗੁਰਦੁਆਰੇ ਦੀ ਮੈਨੇਜਮੈਂਟ ਸਾਡੀ ਹੁੰਦੀ ਹੈ ਸਾਡੀ ਮੈਨੇਜਮੈਂਟ ਦੇ ਵਿੱਚ ਅੱਜ ਕਿਉਂ ਇਹ ਅਸੀਂ ਵੇਖਦੇ ਹਾਂ ਕਿ ਸਾਰੇ ਜਿਹੜੇ ਸਾਡੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਦੀ ਤਾਦਾਦ ਜ਼ਿਆਦਾ ਹੁੰਦੀ ਹੈ ਅਸੀਂ ਆਪਣੇ ਬੱਚਿਆਂ ਨੂੰ ਨਵੀਂ ਪਨੀਰੀ ਨੂੰ ਯੂਥ ਨੂੰ ਕਿਉਂ ਨਹੀਂ ਕੋਈ ਅਹੁਦਾ ਦਿੰਦੇ ਜਾਂ ਕੋਈ ਜ਼ਿੰਮੇਵਾਰੀ ਸੌਂਪਦੇ ਅੱਜ ਉਹ ਕਿਉਂ ਨਹੀਂ ਜ਼ਿੰਮੇਵਾਰੀ ਲੈਂਦਾ ਅੱਜ ਉਹ ਕਿਉਂ ਨਹੀਂ ਜ਼ਿੰਮੇਵਾਰੀ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਕਾਰਨ ਕੀ ਬਣੇ ਹੋਏ ਹਨ ਮਤਲਬ ਇਸੀ ਮੁਤਲਕ ਅੱਜ ਅਸੀਂ ਮੈਂ ਤੁਹਾਡੇ ਨਾਲ ਵਿਚਾਰ ਕਰਨਾ ਚਾਹੁੰਦਾ ਔਰ ਮੈਂ ਕੋਸ਼ਿਸ਼ ਵੀ ਕਰਾਂਗਾ ਕਿ ਬਈ ਅਸੀਂ ਤੁਹਾਡੇ ਜਿਹੜੇ ਲੰਡਨ ਦੇ ਵਿੱਚ ਸਾਊਥ ਹੋਲ ਗੁਰਦੁਆਰੇ ਦੇ ਜਿਹੜੇ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਨੇ ਉਹਨਾਂ ਨੂੰ ਫੋਨ 'ਤੇ ਜੋੜੀਏ ਔਰ ਇਸ ਮੁਤਲਕ ਉਹਨਾਂ ਨਾਲ ਵੀ ਵਿਚਾਰ ਅਸੀਂ ਕਰੀਏ ਕਾਲਸ ਮੈਨੂੰ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਹਾਂਜੀ ਪਹਿਲੇ ਤਾਂ ਮੈਂ ਦੱਸਾਂ ਅੱਜ ਤੁਸੀਂ ਬਹੁਤ ਸੋਹਣਾ ਸਾਰੇ ਦਰਸ਼ਕਾਂ ਨੂੰ ਬੜੇ ਢੰਗ ਨਾਲ ਸਮਝਾਇਆ ਜਿਹੜੀਆਂ ਕਿ ਪਹਿਲੀਆਂ ਗੱਲਾਂ ਤੁਸੀਂ ਅੱਜ ਦੱਸ ਚੁੱਕੇ ਆ ਜੀ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ 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 ਅਗਰ ਲੋਕ ਉਹਨਾਂ ਤੇ ਦਰਸ਼ਕ ਜਿਹੜੇ ਆ ਜੀ ਉਹਨਾਂ ਤੇ ਅਸਰ ਕਰ ਜੀ 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 ਅਗਲੀ ਗੱਲ ਮੈਂ ਛੋਟੀ ਦੱਸਣੀ ਆ ਕਿਉਂਕਿ ਬਹੁਤ ਸਾਰੇ ਕਾਲਰ ਹੁੰਦੇ ਆ ਉਹ ਵੀ ਤੁਹਾਡੀ ਗੱਲ ਸੁਝਾਅ ਬਹੁਤ ਚੰਗਾ ਸੀ ਛੋਟੀ ਗੱਲ ਕਰੋ ਜੀ ਜੀ ਕਿਉਂਕਿ ਡਰੱਗ ਵਾਸਤੇ ਜੀ ਵੇਚਣ ਵਾਲੇ ਤੇ ਲੈਣ ਵਾਲੇ ਦੀ ਅਗਰ ਸਜ਼ਾ ਇੱਕ ਵਾਰ ਕਰ ਦਿੱਤੀ ਜਾਵੇ ਜੀ ਤਾਂ ਉਹ ਕਾਨੂੰਨ ਨੂੰ ਅਗਰ ਸਹੀ ਢੰਗ ਨਾਲ ਇੰਪਲੀਮੈਂਟ ਕੀਤਾ ਜਾਵੇ ਜੀ ਤਾਂ ਮੇਰਾ ਖਿਆਲ ਆ ਇਹਦੇ ਵਿੱਚ ਕੁਛ ਨਾ ਕੁਛ ਫਰਕ ਆ ਸਕਦਾ ਜੀ ਜੀ ਕਿਉਂਕਿ ਜਦ ਅਸੀਂ ਵੇਚਣ ਵਾਲੇ ਨੂੰ ਸਜ਼ਾ ਦਿੰਦੇ ਹਾਂ ਜੀ ਤੇ ਖਰੀਦਦਾਰ ਨੂੰ ਸਜ਼ਾ ਕਿਉਂ ਨਹੀਂ ਦਿੰਦੇ ਭਾਵੇਂ ਉਹ ਕਿਸੇ ਮਜਬੂਰੀ 'ਚ ਖਰੀਦਦਾ ਜੀ ਜੀ ਪਰ ਉਹਦੀ ਮਜਬੂਰੀ ਨੂੰ ਉਹ ਤੋਂ ਉਸ ਵੇਲੇ ਦੇਖਿਆ ਜਾਂਦਾ ਜੀ ਕਿਉਂਕਿ ਜਦੋਂ ਅਸੀਂ ਖਰੀਦਣ ਵਾਲੇ ਨੂੰ ਛੱਡ ਦਿੰਦੇ ਹਾਂ ਚਾਹੇ ਉਹ ਬੀਜ ਰੁਜ਼ਗਾਰ ਆ ਜਾਂ ਕੁਛ ਆ ਜੀ ਉਹਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ ਉਹਦੀ ਬੇਰੁਜ਼ਗਾਰੀ ਨੇ ਜ਼ਰੂਰ ਮਜਬੂਰ ਕਰਤਾ ਜੀ ਪਰ ਇਹਦਾ ਇੱਕ ਕਾਰਨ ਨਹੀਂ ਕਿ ਅਸੀਂ ਕੰਮ ਨਾ ਕਰੀਏ ਬੇਰੁਜ਼ਗਾਰੀ ਆ ਕਈ 50% ਲੋਕ ਕਹਿੰਦੇ ਆ ਉਹ ਕਹਿ ਦਿੰਦੇ ਅਸੀਂ ਕੰਮ ਨਾ ਕਰੀਏ ਜੀ 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 ਤੇ ਇਸ ਕਰਕੇ ਜਾਂ ਘਰੋਂ ਕਿਸੇ ਨੇ ਕਿਸੇ ਨੂੰ ਕੱਢਤਾ ਉਹਦੀ ਵੀ ਕੋਈ ਖਾਸ ਗੱਲ ਹੋਊਗੀ ਜੀ ਕੋਈ ਮਾਂ ਬਾਪ ਬੱਚਿਆਂ ਨੂੰ ਘਰੋਂ ਨਹੀਂ ਕੱਢਦੇ ਜੀ 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 ਤੇ ਉਹੀ ਜੀ ਰਿਕੁਐਸਟ ਹੈਗੀ ਹੈ ਸਾਰੇ ਮਾਪਿਆਂ ਨੂੰ ਕਿ ਜੇਕਰ ਉਹਨੂੰ ਲੱਗਦਾ ਕਿ ਬੱਚੇ ਕਿਸੇ ਗਲਤ ਪਾਸੇ ਜਾ ਰਹੇ ਨੇ ਤਾਂ ਨਜ਼ਰ ਤਾਂ ਉਹਨਾਂ ਨੇ ਹੀ ਰੱਖਣੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਨੂੰ ਕਿ ਧਿਆਨ ਰੱਖਣ ਤਾਂ ਕਿ ਬੱਚੇ ਜਿਹੜੇ ਨੇ ਆਪਣੇ ਉਹ ਆਪਣੇ ਰਿਲੀਜਨ ਦੇ ਨਾਲ ਆਪਣੇ ਕਲਚਰ ਦੇ ਨਾਲ ਜਿਹੜੀ ਟੀਚਿੰਗਸ ਔਰ ਟੀਚਿੰਗ ਸਾਨੂੰ ਵਿਰਾਸਤ ਦੇ ਵਿੱਚ ਮਿਲੀਆਂ ਹਨ ਉਹਨਾਂ ਵੱਲ ਸੋਚਣ ਔਰ ਜ਼ਰੂਰ ਜਿਹੜੇ ਸਾਡੇ ਬੱਚੇ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਛੇ ਔਰ ਵਧੀਆ ਅਹੁਦੇ 'ਤੇ ਹੋਣ
ਤਾਂ ਕਿ ਲੰਡਨ ਯੂਕੇ ਦੇ ਵਿੱਚ ਔਰ ਯੂਰੋਪ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਅੱਜ ਅਸੀਂ ਦੂਜੀ ਕਮਿਊਨਿਟੀਜ਼ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਵੇਖਦੇ ਹਾਂ। ਇੱਕ ਦਿਨ ਸਾਨੂੰ ਫਕਰ ਜ਼ਰੂਰ ਮਹਿਸੂਸ ਹੋਏਗਾ ਕਿ ਜਦ ਸਾਡੇ ਆਪ ਦੇ ਬੱਚੇ ਇਹਨਾਂ ਵੱਡੇ ਵੱਡੇ ਅਹੁਦਿਆਂ ਦੇ ਉੱਥੇ ਬੈਠੇ ਹੋਣਗੇ, ਉਸ ਪਾਸੇ ਉਹਨਾਂ ਦਾ ਧਿਆਨ ਹੋਏਗਾ, ਤਾਂ ਜ਼ਰੂਰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ, ਪੰਜਾਬੀਅਤ ਦਾ ਔਰ ਸਿੱਖੀ ਦਾ ਨਾਂ ਔਰ ਜ਼ਰੂਰ ਰੋਸ਼ਨ ਹੋਏਗਾ। ਬਿਲਕੁਲ, ਲਾਅ 30 ਦੇਸ਼ਾਂ ਦੇ ਵਿੱਚ ਇਹ ਲਾਅ ਹੈਗਾ ਜੀ ਕਿ ਅਗਰ ਨਸ਼ਾ ਜਿਹੜਾ ਵੇਚਦਾ ਉਹਨੂੰ ਸਿੱਧਾ ਡੈਥ ਪੈਨਲਟੀ ਹੈਗੀ ਹੈ। ਮੈਨੂੰ ਲੱਗਦਾ ਕਿ ਇਹ ਹੁਣ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕਿ ਇਹ ਪੈਨਲਟੀ ਉੱਥੇ ਵੀ ਲਾਗੂ ਕੀਤੀ ਜਾਏ ਅਗਰ ਨਸ਼ੇ ਨੂੰ ਵਾਕਈ ਉਹ ਸੋਚ ਰਹੇ ਨੇ ਕਿ ਉੱਥੇ ਵੀ ਖਤਮ ਕਰਨਾ, ਕਿਉਂਕਿ ਐਂਡ ਆਫ ਦਾ ਡੇ ਜਿਹੜਾ ਨਸ਼ਾ ਹੈਗਾ ਉਹ ਪੰਜਾਬੀਅਤ ਦੇ ਵਿੱਚ ਆ ਰਿਹਾ। ਇੱਕ ਨਸ਼ਾ ਗੁਰਬਾਣੀ ਦਾ ਹੁੰਦਾ ਸੀਗਾ, ਅੱਜ ਦੂਜਾ ਨਸ਼ਾ ਜਿਹੜਾ ਉਹ ਚੜ੍ਹ ਚੁੱਕਿਆ, ਉਹਨੂੰ ਖਤਮ ਕਰਨਾ ਮੈਨੂੰ ਲੱਗਦਾ ਕਿ ਸਰਕਾਰਾਂ ਦਾ ਕੰਮ ਹੋਣਾ ਚਾਹੀਦਾ, ਔਰ ਕਿਸ ਤਰੀਕੇ ਨਾਲ ਖਤਮ ਕਰਨ ਉਹ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ। ਬਿਲਕੁਲ ਸੋਚਣਾ ਚਾਹੀਦਾ ਜੀ, 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 ਤੇ ਸਾਨੂੰ ਵੀ ਸਾਥ ਦੇਣਾ ਚਾਹੀਦਾ ਸਰਕਾਰਾਂ ਦਾ। ਬਿਲਕੁਲ ਬਿਲਕੁਲ ਬਿਲਕੁਲ, ਸਾਥ ਦੇਣਾ ਚਾਹੀਦਾ, ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ ਜੀ। ਕੋਈ ਵੀ ਸਰਕਾਰ ਹੋਵੇ ਉਹਦਾ ਸਾਥ ਦਿਓ ਜੀ, ਆਪਣੇ ਏਰੀਆ ਦਾ MLA ਹੋਵੇ ਉਹਦਾ ਸਾਥ ਦਿਓ ਜੀ, ਉਹਦੇ ਕੋਲ ਉਹਦੇ ਨੁਕਸ ਕੱਢੋ। ਅਸੀਂ ਜਦੋਂ ਭੇਡ ਚਾਲ ਕਰਕੇ ਕਹਿ ਦਿੰਦੇ ਹਾਂ ਕਿ ਆਹ ਬੰਦਾ ਚੰਗਾ, ਜਿੱਦਾਂ ਹੁਣ ਅਸੀਂ UK 'ਚ ਰਹਿੰਦੇ ਹਾਂ ਜੀ ਜਾਂ ਬਾਹਰਲੇ ਮੁਲਕਾਂ 'ਚ ਰਹਿੰਦੇ ਹਾਂ ਜੀ, ਸਾਡੇ ਇੱਥੇ ਮਿਨਿਸਟਰ ਜਿਹੜੇ ਆ ਉਹ ਵੈਲ ਐਜੂਕੇਟਡ ਆ। ਕਰੈਕਟ, ਤੇ ਜਿਹੜਾ ਮਿਨਿਸਟਰ ਬਣਦਾ ਹੈ ਉਹ ਅਗਰ ਹੈਲਥ ਮਿਨਿਸਟਰ ਹੈ ਤਾਂ ਹੈਲਥ ਦੀ ਜਿਹੜੀ ਆ ਉਹਦੀ ਕੋਈ ਡਿਗਰੀ ਆ ਜਾਂ ਹੈਲਥ ਜਾਣਕਾਰੀ ਹੋਣੀ ਚਾਹੀਦੀ ਹੈ ਜੀ, 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 ਜੀ। ਤੇ ਇੰਡੀਆ ਦੇ ਵਿੱਚ ਜਿਹੜੇ ਹੈਲਥ ਮਿਨਿਸਟਰ ਆ ਜੀ ਉਹਨਾਂ ਉਹ ਤਾਂ ਆਪ ਨਹੀਂ ਆਪਣਾ ਬੁਖਾਰ ਉਤਾਰ ਸਕਦੇ ਜੀ, 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 ਜੀ। ਉਹ ਮਤਲਬ ਕਿ ਜਾ ਕੇ ਹਸਪੀਟਲਾਂ ਦੇ ਵਿੱਚ ਕਿੱਦਾਂ ਇੱਕ ਵੈਲ ਕੁਆਲਿਫਾਈਡ SMO ਦੇ ਕੋਲ ਜਾ ਕੇ CMO ਦੇ ਕੋਲ ਜਾ ਕੇ ਉਹਦੀ ਉਹ ਦੇਖਦੇ ਆ ਤਾਂ ਤੇਰਾ ਕੰਮ ਕੀ ਆ ਜੀ, 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 ਜੀ। ਇਹ ਚੀਜ਼ ਜਿਹੜੀ ਆ ਨਾ ਕੁਛ ਇੰਪਲੀਮੈਂਟ ਕਰਨੀ ਬੇਹੱਦ ਜ਼ਰੂਰੀ ਹਨ ਜੀ, 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 ਜੀ। ਮੈਨੂੰ ਲੱਗਦਾ ਕਿ ਜੇਕਰ ਮੈਨੂੰ ਲੱਗਦਾ ਮੈਂ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਹੋਰ ਕੁਝ ਕਹਿਣਾ ਚਾਹੋਗੇ? ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ ਜੀ। ਆਈ ਵੁੱਡ ਲਾਈਕ ਟੂ ਰਿਕੁਐਸਟ ਆਲ ਦੀ ਵਿਊਅਰਸ, ਆਈ ਵੁੱਡ ਲਾਈਕ ਟੂ ਰਿਕੁਐਸਟ ਜਿਹੜੇ ਸਾਡੇ ਗਾਰਜਨ ਨੇ, ਪੇਰੈਂਟਸ ਨੇ, ਅਸੀਂ ਸ਼ੁਰੂਆਤ ਘਰ ਤੋਂ ਕਰੀਏ। ਅਸੀਂ ਆਪਣੇ ਰੋਡ ਮੈਪ ਜਿਹੜਾ ਅਸੀਂ ਤਿਆਰ ਕਰਨਾ ਹੈ, ਆਪਾਂ ਜਿਹੜੀਆਂ ਹੋਰ ਵੱਖ ਵੱਖ ਗੱਲਾਂ ਕਰਦੇ ਹਨ ਉਹ ਗੱਲਾਂ ਮੈਨੂੰ ਲੱਗਦਾ ਹੈ ਉਹ ਇਸ਼ੂਜ਼ ਵੀ ਬੇਹੱਦ ਜ਼ਰੂਰੀਆਂ ਹਨ। ਅੱਜ ਨਸ਼ਾ ਤੁਹਾਡੇ ਅਗਰ ਜ਼ੁਬਾਨ ਦੇ ਵਿੱਚ ਆਉਂਦਾ ਹੈ ਤਾਂ ਤੁਹਾਡਾ ਜਿਹੜਾ ਮਾਇੰਡ ਹੈ ਉਹ ਪੰਜਾਬ ਦੇ ਵੱਲ ਚਲਾ ਜਾਂਦਾ, ਲੇਕਿਨ ਉਹਦਾ ਕੀ ਜੋ ਕਿ ਆਪਣੇ ਹੀ ਘਰ ਦੇ ਵਿੱਚ, ਆਪਣੇ ਹੀ ਮੁਲਕ ਦੇ ਵਿੱਚ ਬੱਚੇ ਜਿਹੜੇ ਨੇ ਉਹ ਇਸ ਦੇ ਆਦੀ ਹੋਏ ਹੋਏ ਨੇ, ਉਹਨਾਂ ਨੂੰ ਕੌਣ ਸਾਂਭ ਰਿਹਾ, ਉਹਨਾਂ ਨੂੰ ਕੌਣ ਵੇਖ ਰਿਹਾ, ਇਹੀ ਵਿਚਾਰ ਵਟਾਂਦਰਾ ਅਸੀਂ ਕਰ ਰਹੇ ਹਾਂ। ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲਸ ਇਸ ਟਾਈਮ ਮੈਨੂੰ ਆਉਣੀਆਂ ਸ਼ੁਰੂ ਹੋ ਚੁੱਕੀ ਹਨ, ਤੁਸੀਂ ਆਪਣੀ ਕਾਲ ਨੂੰ ਨਾ ਕੱਟਿਓ, ਮੈਂ ਕਿਊ ਦੇ ਵਿੱਚ ਤੁਹਾਡੀ ਕਾਲਸ ਨੂੰ ਪਾ ਰਿਹਾ ਔਰ ਕਿਊ ਇਸ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੈਂ ਤੁਹਾਡੀ ਕਾਲਸ ਨੂੰ ਜ਼ਰੂਰ ਲਵਾਂਗਾ।